पंजाबी अदाकार दीप सिद्धू की याद दे विच जिथे अज अंतिम अरदासा हो रही ने ते नाल ही एक दस्तार कैंप भी लगाया गया। मेरे नाल यूथ हैगे इथे गलबात करदे बाई जी, की नाम? मेरा नाम उकपाल सिंह जी, चमकौर साहब तो। अज सेवा लगी है, दस्तारा सजा रहे हो, जेडे आ रहे ने दा महसूस कर रहे हो, और जो अज अंतिम अरदासा भी हो रहा उस बारे भी थोड़ा चानना। सिख कौम दे महान शहीद एक तुहानू पता ही है वीर दीप सिंह सिद्धू जिन्हां दी अज अंतिम अरदास दे विच एडा इकट्ठ होया, सिख कौम का बहुत ही भारी इकट्ठ है। सो इत्थे दस्तारां दा लंगर जिहड़ा लगाया गया है, सो ये सारे रल मिल के वीरां वल्लों लगवाया गया है। किसी ने कोई ये नहीं भी मैं कल्ले वल्लों हाँ, साढ़े नाल यूएसए तो वीर जी ने, असी सारे रल मिल के सेवा कर रहे। रंग लागत 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 है, पाओ भागत 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 है। जिहड़े वीर दस्तारा बन के आए सी, जिहड़े नहीं बन के आए सी, जिन्होंने बनिया हुई सी, उन्होंने देख के उन्होंने रंग लग गया भी असी भी दस्तार सजाइए। सो जैसी संगत वैसी रंगत हो जाती है। सो उन्होंने बहुत शाह उत्साह है, असं जिन्या दस्तारा लैके आ रही, साढ़े को टाइम नहीं लग रहा भी असं कि बनीए, साढ़े को इस तरह दस्तारा कटिंग हो रही है, फटाफट बन रहे ने सेवादार, जिन्हें सेवादार लैके आए सी उस तो ज्यादा साढ़े नाल इत्थे जुड़ गए। सो यह उस परमात्मा की रहमत आ। सो किन्नी कु दस्तारा बन दित्तियां हुण तक? असीं तकरीबन 150 थान लैके आए सी जी, उधर गरे लगे हुए ने ते नाल दी नाल चल रही ने, इस टाइम तकरीबन असीं 300 ते उपर बन चुके हैं। किन्ने बजे सवेरे सेवा शुरू की? असीं 9 बजे शुरू की। सवाल ये वे कि दस्तार जिहड़ी बन दित्ती है, जिहदे बन्नी हुई है वह संभाल के रखता है, कदों तक बनता अपनी? असीं उन्हां नूं मैसेज ये कह रहे हैं भी जिहड़े जेकर तुसीं किसी नूं गुरसिख नूं देख के तुहाडे अंदर जाग लग्या तां दस्तार जे सजा के तुसीं लैके गए हैं, ये ताज नूं सांभ के रखियो। ਤੁਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇਹ ਦਸਤਾਰ ਸਜਾਈ ਆ ਤੇ ਤੁਸੀਂ ਇਸ ਤਾਜ ਨੂੰ ਸਾਂਭਿਓ ਤੇ ਗੁਰਸਿੱਖੀ ਨਾਲ ਜੁੜੇ। ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਵੀ ਇੱਥੋਂ ਮੋਟੀਵੇਸ਼ਨ ਮਿਲਦੀ ਹੈ ਬੰਦੇ ਨੂੰ? ਇੱਕ ਦੂਸਰੇ ਨੂੰ ਦੇਖ ਕੇ ਕਹਿੰਦੇ ਪਪੀਤੇ ਨੂੰ ਦੇਖ ਕੇ ਪਪੀਤਾ ਪੱਕਦਾ। ਤੋ ਸੋ ਉਹ ਇਹ ਗੱਲ ਮੈਂ ਪਹਿਲਾਂ ਨਹੀਂ ਫਿਰ ਦੁਹਰਾ ਰਿਹਾ ਕਿ ਰੰਗ ਲਾਗਤ 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 ਹੈ, ਕਿਉਂਕਿ ਰੰਗ ਜਿਹੋ ਜਿਹੀ ਸੰਗਤ ਵੈਸੀ ਰੰਗਤ ਦੇਖ ਕੇ ਹੀ ਸਾਰਾ ਸਿਸਟਮ ਅੱਗੇ ਚੱਲਦਾ। ਬਾਈ ਜੀ ਕੀ ਨਾਮ? ਪਰਮਿੰਦਰ ਸਿੰਘ ਜੀ। ਕਿਹੜੀ ਜਗ੍ਹਾ? ਸ੍ਰੀ ਚਮਕੌਰ ਸਾਹਿਬ ਜੀ। ਕਿੰਨੇ ਵਜੇ ਇੱਥੇ ਫਿਰ ਪਹੁੰਚ ਗਏ ਸੀ ਤੁਸੀਂ? ਅਸੀਂ ਸਵੇਰੇ 9 ਵਜੇ ਵੀਰ ਜੀ ਹੁਣਾਂ ਨਾਲ ਹੀ ਆਏ ਸੀਗੇ ਜੀ, ਤੇ ਜਿੰਨੇ ਸਾਡੇ ਉੱਥੇ ਦੇ ਯੂਥ ਸੀਗਾ ਜੀ ਉਹ ਨਾਲ ਆਇਆ ਹੋਇਆ ਸਹਿਯੋਗ ਕਰਨ ਵਾਸਤੇ ਜੀ, ਦਸਤਾਰਾ ਸਿਉਣ ਵਾਸਤੇ ਜਿੰਨੇ ਆ ਲੱਗੇ ਹੋਏ ਸਾਰੇ ਸਿੰਘ ਜੀ, ਇਹ ਨਾਲੇ ਸਾਰੇ ਦਸਤਾਰਾ ਸਿਉਣ ਦੇ ਵੀ ਸਹਿਯੋਗ ਕਰ ਰਹੇ ਆ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਐਪਰੀਸ਼ੀਏਟ ਕਰਨੀ ਸਭ ਤੋਂ ਬੜੀ ਗੱਲ ਹੈ ਜੀ। ਐਪਰੀਸ਼ੀਏਟ ਦੇ ਨਾਲ ਹੀ ਇੱਕ ਸਰ ਇੱਕ ਬੰਦੇ ਦੇ ਉਤਸ਼ਾਹ ਲਾਉਣ ਦਾ ਇੱਕ ਬੀਜ ਬੀਜਣ ਦੀ ਲੋੜ ਆ, ਬੰਦਾ ਆਪਣੇ ਆਪ ਅੱਗੇ ਤੁਰਦਾ ਹੀ ਜਾਂਦਾ ਜੀ ਇਸ ਹਿਸਾਬ ਨਾਲ ਜੀ। ਹਾਂਜੀ ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਜੀ। ਸਰ ਦੇ ਗੱਲਬਾਤ ਦਿਸਰ ਦਾ? ਸ਼ੋਰ 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 ਸ਼ੋਰ। ਕਿਵੇਂ ਸੇਵਾ ਜ ਲੱਗੀ ਹੈ, ਕਿਵੇਂ ਦੇਖ ਰਹੇ ਹੋ? ਸੇਵਾ ਕਰਕੇ ਬਹੁਤ ਮਨ ਨੂੰ ਸਕੂਨ ਮਿਲ ਰਿਹਾ। ਜੋ ਕੇਸਰੀ ਅਸੀਂ ਦਸਤਾਰਾਂ ਸਜਾ ਰਹੇ ਹਾਂ, ਇਹ ਕੇਸਰੀ ਸੋਚ ਪਾ ਰਹੇ ਹਾਂ, ਇੱਕ ਕੇਸਰੀ ਸੋਚ, ਸੱਚੀ ਸੋਚ, ਇੱਕ ਖਾਲਸ ਸੋਚ, ਜਿਹੜੀ ਸ਼ੁੱਧ ਸੋਚ ਆ, ਹਨਾ। ਜੇ ਇਹ ਭਰਾ ਸਾਰੇ ਆਪਦੇ ਇੱਦਾਂ ਹੀ ਕੇਸਰੀ ਦਸਤਾਰਾਂ ਦੇ ਨਾਲ ਸੋਚ ਕੇਸਰੀ ਕਰ ਲੈਣ ਤੇ ਸਾਨੂੰ ਬਹੁਤ ਈਜ਼ੀ ਹੋਊਗਾ ਹਰ ਇੱਕ ਚੀਜ਼ ਨੂੰ ਕਿਓਰ ਕਰਨਾ, ਹਰ ਇੱਕ ਸਾਡੇ ਪੰਜਾਬ ਨੂੰ ਸਾਫ ਕਰਨਾ, ਪੂਰੇ ਭਾਰਤ ਇਹਦੇ ਨਾਲ ਸਾਫ ਹੋ ਸਕਦਾ ਜੇ ਅਸੀਂ ਇਹ ਸ਼ੁੱਧ ਸੋਚ ਪਾ ਸਕੀਏ, ਕੇਸਰੀ ਦਸਤਾਰਾਂ ਦੇ ਨਾਲ ਇੱਕ ਸੋਚ ਚੰਗੀ ਪਾ ਸਕੀਏ। ਕੇਸਰੀ ਦਾ ਮਤਲਬ ਇਹੀ ਹੈ, ਜਦੋਂ ਸੂਰਜ ਚੜ੍ਹਦਾ ਹੈ ਤਾਂ ਇੱਕ ਉਮੀਦ ਦਾ ਕਿਰਨ ਬਣਦੀ ਹੈ। ਸਹੀ ਹੈ ਜੀ, ਉਜਾਲਾ ਇੱਕ ਆਉਣਾ, ਇੱਕ ਉਮੀਦ ਬਣਨੀ, ਇੱਕ ਚੰਗੇ ਪਾਸੇ ਜਾਣਾ, ਇੱਕ ਚੰਗੇ ਰਾਹ ਤੇ ਤੁਰਨਾ। ਅੱਛਾ ਬਾਈ, ਦੀਪ ਸਿੱਧੂ ਹੋਰਾਂ ਦੇ ਨਾਲ ਕਿਵੇਂ ਦੀ ਉਹਨਾਂ ਦੀ ਸੋਚ ਸੀ, ਤੁਹਾਨੂੰ ਕੀ ਲੱਗਦਾ? ਸੋਚ ਉਹਨਾਂ ਦੀ ਇੱਕ ਆਜ਼ਾਦ ਸੋਚ ਸੀਗੀ ਜੀ, ਜਿਹਨੂੰ ਅਸੀਂ ਆਜ਼ਾਦ ਕਹਿ ਸਕਦੇ ਹਾਂ, ਅਸੀਂ ਇੱਕ ਇੱਦਾਂ ਦੀ ਸੋਚ ਕਹਿ ਸਕਦੇ ਹਾਂ ਜਿਹੜੀ ਹਰ ਇੱਕ ਤੋਂ ਹਟ ਕੇ ਸੀ। ਸ਼ਾਇਦ ਲੋਕਾਂ ਨੂੰ, ਸਾਡੇ ਪੰਜਾਬੀਆਂ ਨੂੰ ਉਹ ਕਿਸੇ ਦੇ ਜਾਣ ਤੋਂ ਬਾਅਦ ਸਮਝ ਲੱਗਦੀ ਹੈ, ਜੇ ਪਹਿਲਾਂ ਲੱਗੀ ਹੁੰਦੀ ਤਾਂ ਕੁਝ ਹੋਰ ਹੋਣਾ ਸੀ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।